ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਕਮਵਰਜੀਤ ਸਿੰਘ ਤੇ ਮੈਂ ਕਾਫੀ ਦਿਨ ਤੋਂ ਸਪੇਨ ਚ ਰਹਿ ਰਿਹਾ ਤੇ ਸਪੇਨ ਦੇ ਵਿੱਚ ਭੈਣ ਭਰਾਵਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਅਗਰ ਅਸੀਂ ਲਾਇਸੈਂਸ ਕਰਨਾ ਇੰਗਲਿਸ਼ ਦੇ ਵਿੱਚ ਤਾਂ ਸਾਨੂੰ ਛੇਤੀ ਕਿਤੇ ਡਰਾਈਵਿੰਗ ਸਕੂਲ ਨਹੀਂ ਮਿਲਦੇ ਤੇ ਇੰਗਲਿਸ਼ ਦੇ ਵਿੱਚ ਤੇ ਸੈਕੰਡ ਥਿੰਗ ਹੈਗੀ ਹੈ ਕਿ ਜੇ ਅਸੀਂ ਪੰਜਾਬੀ ਦੇ ਵਿੱਚ ਮਤਲਬ ਸਮਝਣਾ ਚਾਹੀਏ ਲਾਇਸੈਂਸ ਨੂੰ ਤਾਂ ਉਹਦੇ ਲਈ ਵੀ ਸਾਨੂੰ ਬਹੁਤ ਮੁਸ਼ਕਿਲ ਆਉਂਦੀ ਹੈਗੀ ਹੈ ਸਪੇਨ ਦੇ ਵਿੱਚ ਇੱਕ ਸਕੂਲ ਹੈਗਾ ਜ਼ਰੂਰ ਗਾਂਧੀਆ ਦੇ ਵਿੱਚ ਉੱਥੇ ਭਾਜੀ ਦਾ ਇੱਕ ਪਾਕਿਸਤਾਨੀ ਭਾਈ ਦਾ ਸਕੂਲ ਹੈਗਾ ਤੇ ਕਾਫੀ ਮੇਰੇ ਫਰੈਂਡ ਵਗੈਰਾ ਉੱਥੋਂ ਕਰਕੇ ਵੀ ਆਏ ਆ ਲਾਇਸੈਂਸ ਬਟ ਉਹਦੇ ਲਈ ਵੀ ਸਾਨੂੰ 1-2 ਮਹੀਨੇ ਦਾ ਟਾਈਮ ਦੇਣਾ ਪੈਂਦਾ ਹੈ ਕੰਮ ਛੱਡ ਕੇ ਜਾਓ ਜੀ ਉੱਥੇ ਉੱਥੇ 500-600 ਉਹਨਾਂ ਦੀ ਫੀਸ ਹੈਗੀ ਹੈ ਫਿਰ ਰਹਿਣ ਦਾ ਖਰਚਾ ਲੱਗ ਤੋਂ ਖਾਣ ਪੀਣ ਦਾ ਲੱਗ ਤੋਂ ਸਾਨੂੰ ਉੱਥੇ ਥਿਉਰੀ ਥਿਉਰੀ ਕੱਲੀ 11-1200 ਯੂਰੋ ਚ ਪੈ ਜਾਂਦੀ ਹੈ ਤੇ ਉਤੋਂ ਕਈ ਵਾਰੀ ਮਤਲਬ ਤੁਸੀਂ ਕਾਫੀ ਮਤਲਬ ਤੁਹਾਨੂੰ ਦੂਰ ਟਰੈਵਲ ਵੀ ਕਰਨਾ ਪੈਂਦਾ ਹੈ ਉੱਥੇ ਜਾਣ ਲਈ ਮਨ ਲਓ ਬਾਰਸੀਲੋਨਾ ਤੋਂ ਅਗਰ ਗੰਧੀ ਆਉਣਾ ਤਾਂ ਕਾਫੀ ਦੂਰ ਪੈ ਜਾਂ ਤਾਂ ਜੀ ਮੈਂ ਟਰਾਈ ਕੀਤੀ ਆ ਕਿ ਸਭ ਨੂੰ ਦੇਖਦੇ ਹੋਏ ਕਿ ਜਿੰਨਾ ਵੀ ਹੋ ਸਕਿਆ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਜਿਹੜੇ ਕੁਐਸਚਨ ਹੈਗੇ ਆ ਆਪਣੇ ਪਰਮਿਟ 2B ਦਾ ਜਿਹੜਾ ਲਾਇਸੈਂਸ ਹੈਗਾ ਜੋ ਆਪਾਂ ਕਾਰਵਾਸਥੀ ਯੂਜ਼ ਕਰਦੇ ਆ ਤਾਂ ਚਲੋ ਜੀ ਸਟਾਰਟ ਕਰਦੇ ਆ ਠੀਕ ਹੈ ਜੀ ਫਸਟ ਆਪਣੀ ਆਪਣਾ ਕੁਐਸਚਨ ਹੈਗਾ ਜੀ డు ਮੋਟਰਸਾਈਕਲ ਰਾਈਡਰਸ ਹੈਵ ਟੂ ਹੈਲਪ ਦਾ ਵਿਕਟਮਸ ਆਫ ਅ ట్రాਫਿਕ ਐਕਸੀਡੈਂਟ ਕਿ ਜਿਹੜੇ ਮੋਟਰਸਾਈਕਲ ਰਾਈਡਰ ਹੈਗੇ ਆ ਉਹਨਾਂ ਦਾ ਹੈਲਪ ਕਰਨਾ ਬੰਦ ਹੈ ਜਿਨ ਜਿਹੜੇ ਕਿ ਵਿਕਟਮ ਹੁੰਦੇ ਆ ਟ੍ਰੈਫਿਕ ਐਕਸੀਡੈਂਟ ਦੇ ਕਿ ਮੰਨ ਲਓ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਕਿਸੇ ਦਾ ਤਾਂ ਉਹਦੇ ਵਿੱਚ ਆਪਸ਼ਨ ਹੈ ਜੀ ਫਰਸਟ ਵਨ ਇਹ ਹੈਗਾ نو ਨਾਟ ਇਫ ਦੇ ਡੋਨਟ ਹੈਵ ਨੋਲੇਜ ਆਫ ਫਰਸਟ ایڈ ਸੈਕੰਡ ਹੈ ਜੀ ਨੋ ਮੋਟਰਸਾਈਕਲ ਰਾਈਡਰਸ ਡੂ ਨਾਟ ਹੈਵ ਥਿਸ ਆਬਲੀਗੇਸ਼ਨ ਓਨਲੀ ਵਹੀਕਲ ਡਰਾਈਵਰਸ ਥਰਡ ਵਨ ਹੈ ਜੀ ਯੈਸ ਐਂਡ ਬਿਸਾਈਡਸ ਦੇ ਹੈਵ ਟੂ ਕੋਲਾਬੋਰੇਟ ਇਨ ਆਰਡਰ ਟੂ ਸੀਕ ਹੈਲਪ ਐਂਡ ਸਿਗਨਲ ਦਾ ਐਕਸੀਡੈਂਟ ਤਾਂ ਇਹਦੇ ਵਿੱਚ ਆਪਾਂ ਸਿੱਧਾ ਆਨਸਰ ਦੇ ਜਾਣੇ ਆ ਜੀ ਕਿ ਯੈਸ ਐਂਡ ਬਿਸਾਈਡਸ ਦੇ ਹੈਵ ਟੂ ਕੋਲਾਬੋਰੇਟ ਇਨ ਆਰਡਰ ਟੂ ਸੀਕ ਹੈਲਪ ਹੈਲਪ ਤਾਂ ਉਹਨਾਂ ਦੀ ਕਰਨੀ ਬੰਦ ਹੀ ਆ ਇਸ ਤੋਂ ਇਲਾਵਾ ਉਹਨਾਂ ਨੂੰ ਕੋਲਾਬੋਰੇਟ ਕਰਨਾ ਚਾਹੀਦਾ ਬਾਕੀਆਂ ਦੇ ਨਾਲ ਵੀ ਕਿ ਆਪਾਂ ਹੈਲਪ ਕਰੀਏ ਸਾਰੇ ਰਲ ਕੇ ਤੇ ਜਿਹੜਾ ਐਕਸੀਡੈਂਟ ਵਾਲੀ ਜਗ੍ਹਾ ਉਹਨੂੰ ਸਿਗਨਲ ਦੇਣਾ ਬੰਦ ਹੈ ਕਿ ਜਿਹੜੇ ਟ੍ਰਾਇੰਗਲਸ ਹੁੰਦੇ ਆ ਉਹ ਆਪਣੇ ਫਰੰਟ ਦੇ ਵਿੱਚ ਤੇ ਇੱਕ ਬੈਕ ਦੇ ਵਿੱਚ ਰੱਖ ਦਿੱਤਾ ਜਾਵੇ ਤਾਂ ਕਿ ਬਾਕੀਆਂ ਨੂੰ ਪਤਾ ਲੱਗ ਸਕੇ ਉੱਥੇ ਐਕਸੀਡੈਂਟ ਹੋਇਆ ਹੈ ਆਪਣਾ ਸੈਕੰਡ ਆਪਸ਼ਨ ਹੈ ਜੀ ਇਹਦੀ ਆਪਾਂ ਫੇਰ ਫੋਟੋ ਵੀ ਕਰਦੇ ਆ ਮਸਟ ਯੂ ਗਿਵ ਵੇ to an ambulance that is only using a special luminous lights ode vich e ji puch rahe hai ke jehdi ek ambulance hai gi a agar oh sirf lights jo ke prithvi dekhe hon ambulance te patti ji hundi hai lightan di sirf ohi use karde paye hai aur ode onu dekhde hoye sanu onu raah dena banda hai option hai ji a yes b hai ga no because they must always use it together with the acoustic signal c hai ji yes but only on urban road ਤੇਦਾ ਸਿੱਧਾ ਆਨਸਰ ਤੇ ਜਾਣਿਆ ਜੀ yes a ਕਿ ਅਗਰ ਉਹ ਨਈ ਵੀ ਯੂਜ਼ ਕਰ ਰਹੇ ਸਾਇਰਨ ਵਗੈਰਾ ਹਨਾ ਤਾਂ ਤੁਹਾਨੂੰ ਉਹਨੂੰ ਰਾਹ ਦੇਣਾ ਬਣਦਾ ਹੈ ਉਹਨਾਂ ਦੀਆਂ ਲਾਈਟਸ ਚੱਲਦੀਆਂ ਹੋਈਆਂ ਦੇਖ ਕੇ ਥਰਡ ਕੁਐਸਚਨ ਹੈ ਜੀ this sign shows सिंपली ਇੱਕ ਸਾਈਨ ਦਿੱਤਾ ਹੋਇਆ ਹੈ ਅਸੀਂ ਦੱਸਣਾ ਕਿ ਉਹ ਸਾਈਨ ਕਿਸ ਚੀਜ਼ ਦਾ ਹੈ ਨੰਬਰ a ਹੈ ਜੀ that we will be traveling on a motorway b that we must drive carefully for a bridge ahead see ji that we must slow down speed when reaching the bridge to sidha answer hai ji da a that we will be traveling on a motorway a ek motorway da sign, G. G. sign hai ji jithe tohi sign dekhna hai tuhanu pata lag jayega ki motorway start ho gaya Thik hai theek hai ji fourth question hai this sign indicate a in sign jada indicate kar raha hai ki kar raha hai a that there is a slow lane b that there is an obligatory exit on the right c hai ji ke that the lane the left lane is about to end and there is a road works taida answer hai ji c that the left lane is about to end ke jehdi left lane ho khatam ho ja rahi hai te utthe road work vi chalda hai jehdi background je tu yellow dekhni hai kise vi sign de back te pehli jehdi tu si background dekhni hai taunu pata laggega ke utthe ਰੋਡ ਤੇ ਕੰਮ ਵੀ ਚੱਲ ਰਿਹਾ ਹੈ ਪੰਜਵਾਂ ਕੁਐਸਚਨ ਹੈ ਜੀ ਹਾਊ ਡਸ ਦਾ ਕੰਜ਼ਮਪਸ਼ਨ ਆਫ ਅਕੈਸਟੇਸੀ ਅਫੈਕਟ ਡਰਾਈਵਰਸ ਬਿਹੇਵੀਅਰ ਇੱਕ ਦਵਾਈ ਹੈ ਜੀ ਅਕੈਸਟੇਸੀ ਨਾਮ ਦੀ ਉਹ ਖਾਣ ਤੋਂ ਬਾਅਦ ਡਰਾਈਵਰ ਦੇ ਬਿਹੇਵ ਦੇ ਵਿੱਚ ਕੀ ਚੇਂਜ ਆਉਂਦਾ ਹੈ ਕੁਐਸਚਨ ਹੈ ਜੀ ਆਪਸ਼ਨ ਹੈ ਜੀ ਏ ਇਟ ਰਿਡਿਊਸਸ ਹਿਸ অর ਹਰ ਸੈਂਸਿਟੀਵਿਟੀ ਟੂ ਕੰਸਨਟ੍ਰੇਟ ਬੀ ਹੈ ਜੀ ਇਟ ਰਿਡਿਊਸਸ ਹਿਸ অর ਹਰ ਅਬਿਲਟੀ ਟੂ ਕੰਸਨਟ੍ਰੇਟ ਸੀ ਹੈ ਜੀ ਇਟ ਕਾਉਸਸ ਫਿਜ਼ੀਕਲ ਐਂਡ ਮੈਂਟਲ ਟਾਇਰਨੈਸ ਵਾਈਲ ਦਾ ਸਿੰਪਟਮਸ ਆਰ ਪ੍ਰੈਜ਼ెంట్ ਤੈ ਇਹਦਾ ਜਿਹੜਾ ਆਪਸ਼ਨ ਹੈ ਜੀ ਇਟ ਰਿਡਿਊਸਸ ਹਿਸ অর ਹਰ ਅਬਿਲਟੀ ਟੂ ਕਨਸਨਟ੍ਰੇਟ ਕਿ ਜਿਹੜੀ ਤੁਹਾਡੀ ਕਨਸਨਟ੍ਰੇਟ ਕਰਨ ਦੀ ਅਬਿਲਟੀ ਹੈਗੀ ਹੈ ਤੁਹਾਡੀ ਯੋਗਤਾ ਹੈਗੀ ਆ ਕਿ ਤੁਸੀਂ ਧਿਆਨ ਲਾ ਕੇ ਗੱਡੀ ਚਲਾਉਂਦੇ ਹੋ ਉਹ ਉਹਨੂੰ ਥੋੜਾ ਘਟਾ ਦਿੰਦਾ ਜਦੋਂ ਤੁਸੀਂ ਇਹ ਦਵਾਈ ਯੂਜ਼ ਕਰਦੇ ਹੋ ਤਾਂ ਨੈਕਸਟ ਵਨ ਹੈ ਜੀ ਆਰ ਯੂ ਅਲਾਉਡ ਟੂ ਮੇਕ ਅ ਯੂ ਟਰਨ ਐਟ ਐਨ ਇੰਟਰਸੈਕਸ਼ਨ ਵਿਦ ਥਿਸ ਸਾਈਨ ਕਿ ਅਗਰ ਇਹ ਸਾਈਨ ਆਉਂਦਾ ਹੈ ਤਾਂ ਤੁਸੀਂ ਯੂ ਟਰਨ ਲੈ ਸਕਦੇ ਹੋ ਕਿ ਨਹੀਂ ਆਪਸ਼ਨ ਹੈ ਜੀ ਯੈਸ অর ਨੋ ਇਹਦਾ ਅਨਸਰ ਹੈ ਜੀ ਨੋ ਤੁਸੀਂ ਸਿਰਫ ਲੈਫਟ ਮੋੜ ਸਕਦੇ ਹੋ ਯੂ ਟਰਨ ਨਹੀਂ ਲੈ ਸਕਦੇ ਅਗਰ ਇਹ ਸਾਈਨ ਹੈ ਨੈਕਸਟ ਵਨ ਹੈ ਜੀ ਡੂ ਸਲੀਪ ਟਰਬਲਸ ਅਫੈਕਟ ਦਾ ਡਰਾਈਵਰਸ ਬਿਹੇਵੀਅਰ ਕਿ ਜਿਹੜੇ ਮਤਲਬ ਸਲੀਪ ਦੇ ਵਿੱਚ ਤੁਹਾਨੂੰ ਟਰਬਲ ਹੈ ਮਤਲਬ ਤੁਸੀਂ ਕੱਟ ਸੁੱਤੇ ਹੋ ਜਾਂ ਤੁਸੀਂ ਸਹੀ ਤਰੀਕੇ ਨਾਲ ਨਹੀਂ ਸੁੱਤੇ ਹੈਗੇ ਤਾਂ ਤੁਹਾਡਾ ਮੂਡ ਚੇਂਜ ਹੋ ਸਕਦਾ ਹੈ ਇਹਨਾਂ ਚੀਜ਼ਾਂ ਨਾਲ ਤਾਂ ਇਹਦੇ ਵਿੱਚ ਆਪਸ਼ਨ ਹੈ ਜੀ ਨੋ ਬੀ ਹੈ ਜੀ ਯੈਸ ਦੇ ਕੈਨ ਪ੍ਰੋਡਿਊਸ ਐਜੀਟੇਸ਼ਨ ਐਂਡ ਅਗਰੈਸਿਵਨੈਸ ਸੀ ਹੈ ਜੀ ਯੈਸ ਐਸ ਦਾ ਲੈਵਲ ਆਫ ਇੰਟੈਂਸ਼ਨ ਇਜ਼ ਹਾਇਰ ਤਾਂ ਇਹਦਾ ਆਪਸ਼ਨ ਹੈ ਜੀ ਯੈਸ ਦੇ ਕੈਨ ਪ੍ਰੋਡਿਊਸ ਐਜੀਟੇਸ਼ਨ ਐਂਡ ਅਗਰੈਸਿਵਨੈਸ ਕਿ ਮੰਨ ਲਓ ਤੁਸੀਂ ਸਹੀ ਤਰੀਕੇ ਨਾਲ ਨਹੀਂ ਸੁੱਤੇ ਤਾਂ ਤੁਹਾਨੂੰ ਮਤਲਬ ਗੁੱਸਾ ਜਾਈ ਜਾਵੇਗਾ ਠੀਕ ਹੈ ਨਾ ਤੇ ਐਵੇਂ ਕੀ ਜੀ ਜਾਓਗੇ ਜਿਵੇਂ ਇਹਦਾ ਮਤਲਬ ਇਹ ਹੈ ਜੀ ਐਜੀਟੇਸ਼ਨ ਐਂਡ ਅਗਰੈਸਿਵਨੈਸ ਦਾ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਦਾ ਡਾਰਕ ਵੀਕਲ ਇਜ਼ ਓਵਰਲੈਪਿੰਗ ਐਂਡ ਦਾ ਕੰਟੀਨਿਊਸ ਲਾਈਨ ਇਨ ਆਰਡਰ ਟੂ ਓਵਰਟੇਕ ਦਾ ਵਾਈਟ ਵੀਕਲ which has broken down ਇਜ਼ ਥਿਸ ਕਰੈਕਟ ਕੁਐਸਚਨ ਹੈ ਜੀ ਕਿ ਜਿਹੜਾ ਡਾਰਕ ਵੀਕਲ ਆਪਾਂ ਦੇਖ ਰਹੇ ਆ ਫੋਟੋ ਦੇ ਵਿੱਚ ਉਹ ਓਵਰਟੇਕ ਕਰ ਰਿਹਾ ਵਾਈਟ ਗੱਡੀ ਨੂੰ ਜਿੰਨੇ ਕੇ ਬਲਿੰਕਰ ਦਿੱਤੀ ਹੋਈ ਹੈ ਆ ਉਹ ਗੱਡੀ ਹੋ ਗਈ ਹੈ ਖਰਾਬ ਬਰੋਕਨ ਡਾਊਨ ਹੋਈ ਹੈ ਤਾਂ ਕੁਐਸਚਨ ਹੈ ਕਿ ਉਹ ਸਹੀ ਓਵਰਟੇਕ ਕਰ ਰਿਹਾ ਬਲੈਕ ਗੱਡੀ ਵਾਲਾ ਦੇ ਵਿੱਚ অপਸ਼ਨ ਹੈ ਜੀ yes and no ਇਹਦਾ ਆਨਸਰ ਹੈ yes ਉਹਦਾ ਰੀਜ਼ਨ ਹੈ ਕਿ ਨਾਰਮਲੀ ਅਸੀਂ ਜਿਹੜੀ ਮਤਲਬ ਪੱਟੀ ਹੈਗੀ ਹੈ ਬ੍ਰੋਕਨ ਅਨਬ੍ਰੋਕਨ ਲਾਈਨ ਹੈ ਇਹਨੂੰ ਅਸੀਂ ਕਰਾਸ ਨਹੀਂ ਕਰ ਸਕਦੇ ਬਟ ਕਿਉਂਕਿ ਗੱਡੀ ਖਰਾਬ ਹੋਈ ਹੈ ਤਾਂ ਅਸੀਂ ਵੇਟ ਤਾਂ ਕਰ ਨਹੀਂ ਸਕਦੇ ਗੱਡੀ ਦੇ ਪਿੱਛੇ ਤਾਂ ਅਸੀਂ ਉਹ ਅਨਬ੍ਰੋਕਨ ਲਾਈਨ ਨੂੰ ਕਰਾਸ ਕਰਦੇ ਹੋਏ ਤੇ ਆਪਾਂ ਓਵਰਟੇਕ ਕਰ ਜਾਾਂਗੇ ਜੀ ਨੈਕਸਟ ਵਨ ਹੈ ਜੀ ਅ ট্রাফিক ਲਾਈਟ ਗੋਸ ਫਰੋਮ ਰੈੱਡ ਟੂ ਗ੍ਰੀਨ ਆਰ ਯੂ ਅਲਾਉਡ ਟੂ ਵਾਰਨ ਦਾ ਅਦਰ ਡਰਾਈਵਰ ਦੈਟ ਦਾ ট্রাফিক ਲਾਈਟ ਹੈਜ਼ ਚੇਂਜਡ ਬਾਈ ਯੂਜ਼ਿੰਗ ਦਾ ਹਾਰਨ ਕਵੈਸਚਨ ਹੈ ਜੀ ਇੱਕ ਟ੍ਰੈਫਿਕ ਲਾਈਟ ਜਿਹੜੀ ਰੈੱਡ ਤੋਂ ਗ੍ਰੀਨ ਹੋ ਗਈ ਹੈ ਤੇ ਤੁਸੀਂ ਮੰਨ ਲਓ ਦੂਜੇ ਨੰਬਰ ਤੇ ਖੜੇ ਹੋ ਤੁਹਾਡੇ ਅੱਗੇ ਗੱਡੀ ਖੜੀ ਹੈ ਉਹਨੂੰ ਪਤਾ ਨਹੀਂ ਲੱਗਿਆ ਕਿ ਟ੍ਰੈਫਿਕ ਲਾਈਟ ਰੈੱਡ ਤੋਂ ਲਾਲ ਤੋਂ ਹਰੀ ਹੋ ਗਈ ਹੈ ਤਾਂ ਤੁਸੀਂ ਹਾਰਨ ਪ੍ਰੈਸ ਕਰਕੇ ਉਹ ਬੰਦੇ ਨੂੰ ਕਹਿ ਸਕਦੇ ਹੋ ਕਿ ਗੱਡੀ ਤੋਰ ਲਾ ਤਾਂ ਉਹਦੇ ਵਿੱਚ ਆਪਸ਼ਨ ਹੈ ਜੀ ਯੈਸ ਵੈਨ ਦੇ ਆ ਔਨ ਦਾ ਇੰਟਰ ਅਰਬਨ ਰੋਡ ਬੀ ਹੈ ਜੀ ਯੈਸ ਵੈਨ ਯੂ ਆਰ ਔਨ ਅ ਅਰਬਨ ਰੋਡ ਸੀ ਹੈ ਜੀ نو نو ਨਾਟ ਇਨ ਐਨੀ ਕੇਸ ਤੇ ਦਾ ਆਨਸਰ ਹੈ ਜੀ نو ਨਾਟ ਇਨ ਐਨੀ ਕੇਸ ਤੁਸੀਂ ਹਾ ਨਹੀਂ ਯੂਜ਼ ਕਰ ਸਕਦੇ ਕਿਸ ਨੂੰ ਇਹ ਦੱਸਣ ਲਈ ਕਿ ਜਿਹੜੀ ਲਾਈਟ ਆ ਉਹ ਆਪਣੇ ਲਾਲ ਤੋਂ ਗ੍ਰੀਨ ਹੋ ਗਈ ਆਪਣੀ ਹਰੀ ਹੋ ਗਈ ਹੈ ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਹੈ ਇਸ ट्रैवलिंग ਵਿਦ ਦਾ ਐਗਜ਼ੌਸਟ ਸਾਇਲੈਂਸਰ ਇਨ बैड ਸ਼ੇਪ ਅਲਾਉਡ ਕਿ ਸਾਇਲੈਂਸਰ ਜਿਹੜਾ ਕਿ ਖਰਾਬ ਹੋ ਚੁੱਕਾ ਹੈ ਤੁਸੀਂ ਮਤਲਬ ਆਵਾਜ਼ ਕਰ ਰਿਹਾ ਜਾਂ ਤਾਂ ਜਾਂ ਠੀਕ ਹੈ ਮਤਲਬ ਉਹ ਸਹੀ ਤਰੀਕੇ ਨਾਲ ਨਹੀਂ ਆਪਾਂ ਉਹਨੂੰ ਯੂਜ਼ ਕਰ ਪਾਰੇ ਤਾਂ ਉਹਦੇ ਵਿੱਚ ਕੀ ਮਤਲਬ ਅਲਾਉ ਕਰਦੇ ਆ ਆਪਾਂ ਕਿ ਆਪਾਂ ਉਹਨੂੰ ਗੱਡੀ ਨੂੰ ਚਲਾ ਸਕਦੇ ਆ ਉਹਦੇ ਆਪਸ਼ਨ ਹੈ ਯੈਸ ਚਲਾ ਸਕਦੇ ਆ ਨੋ ਕਿ ਨਹੀਂ ਚਲਾ ਸਕਦੇ ਗੱਡੀ ਤੇ ਥਰਡ ਵਨ ਹੈ ਜੀ ਓਨਲੀ ਆਊਟਸਾਈਡ ਅਰਬਨ ਏਰੀਆਜ਼ ਐਂਡ ਕੌਜ਼ਿੰਗ ਨੋ ਡਿਸਟਰਬੈਂਸ ਤੇ ਦਾ ਆਨਸਰ ਹੈ ਜੀ ਬੀ ਕਿ ਅਸੀਂ ਗੱਡੀ ਨਹੀਂ ਚਲਾ ਸਕਦੇ ਅਗਰ ਸਾਡਾ ਸਾਇਲੈਂਸਰ ਆਵਾਜ਼ ਕਰਦਾ ਹੈ ਇੱਕ ਲਿਮਿਟ ਤੋਂ ਜ਼ਿਆਦਾ ਨੈਕਸਟ ਵਨ ਕੁਐਸਚਨ ਹੈ ਜੀ ਹੂ ਆਰ ਐਕਸੈਂਪਟ ਫਰਮ ਯੂジング ਦਾ ਸੇਫਟੀ ਸੀਟ ਬੈਲਟ ਕਿ ਕਿਹੜੇ ਮਤਲਬ ਡਰਾਈਵਰ ਹੈਗੇ ਆ ਜਿਨ੍ਹਾਂ ਨੂੰ ਕਿ ਅਗਰ ਉਹ ਨਾ ਕਰਨ ਉਸ ਟਾਈਮ ਤੇ ਸੀਟ ਬੈਲਟ ਯੂਜ਼ ਤਾਂ ਉਹਨਾਂ ਨੂੰ ਕੋਈ ਫਾਈਨ ਨਹੀਂ ਹੋਏਗਾ ਉਹਨਾਂ ਨੂੰ ਪੁਲਿਸ ਕੁਝ ਨਹੀਂ ਕਹੇਗੀ ਜਾਂ ਬਾਈ ਲਾ ਉਹ ਬਿਨਾ ਬੈਲਟ ਤੋਂ ਉਸ ਟਾਈਮ ਗੱਡੀ ਚਲਾ ਸਕਦੇ ਆ ਤਾਂ ਆਪਸ਼ਨ ਹੈ ਜੀ ਏ ਏ ਟਰੈਕਸੀ ਡਰਾਈਵਰ ਔਰ ਇੰਟਰ ਸਿਟੀ ਰੋਡ bajida drivers and passengers of the vehicle on emergency calls this c hai ji drivers who are reversing eda option hai ji c drivers who are reversing ke jab tu reverse karde ho tanu back side bada dhyan naal dekhna painda tu us time bina seat belt ton apna gaddi chala sakde ho theek hai ji next one hai ji on a one way street you are allowed to park ਇੱਕ ਵਨਵੇ ਸਟਰੀਟ ਆ ਤੁਸੀਂ پارک ਕਰ ਸਕਦੇ ਹੋ ਤਾਂ ਪੁੱਛਣਾ ਚਾਹ ਰਹੇ ਕਿ ਕਿਸ ਸਾਈਡ ਤੁਸੀਂ پارک ਕਰ ਸਕਦੇ ਹੋ ਏ ਹੈ ਜੀ ਆਲਵੇਜ਼ ਔਨ ਦਾ ਰਾਈਟ ਸਾਈਡ ਆਫ ਦਾ ਟ੍ਰੈਫਿਕ ਡਾਇਰੈਕਸ਼ਨ ਬੀ ਹੈ ਜੀ ਔਨ ਦਾ ਰਾਈਟ ਸਾਈਡ ਆਲਥੋ ਯੂ ਮੇ ਅਲਸੋ ਪਾਰਕ ਔਨ ਦਾ ਲੈਫਟ ਸਾਈਡ ਸੀ ਹੈ ਜੀ ਪ੍ਰੇਫਰੈਬਲੀ ਔਨ ਦਾ ਲੈਫਟ ਸਾਈਡ ਤਾਂ ਇਹਦੇ ਵਿੱਚ ਜੀ ਜਿਹੜਾ ਸਾਡਾ ਆਪਸ਼ਨ ਹੈਗਾ ਬੀ ਔਨ ਦਾ ਰਾਈਟ ਸਾਈਡ ਆਲਥੋ ਯੂ ਮੇ ਅਲਸੋ ਪਾਰਕ ਔਨ ਦਾ ਲੈਫਟ ਸਾਈਡ ਕਿ ਤੁਸੀਂ ਲੈਫਟ ਚਾਹੇ پارک ਕਰ ਲਓ ਚਾਹੇ ਰੈੱਡ ਸਾਈਡ ਕਰ ਲਓ ਵਨ ਵੇ ਸਟਰੀਟ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਇਨ 뷰 ਆਫ தி ਸਿਚੁਏਸ਼ਨ ਕਿ ਤੁਸੀਂ ਸਿਚੁਏਸ਼ਨ ਦੇਖਣੀ ਹੈ ਕਿ ਅਗਰ ਤੁਸੀਂ ਫੋਟੋ ਦੇ ਵਿੱਚ ਦੇਖੋ ਤਾਂ ਇੱਕ ਬੱਚਾ ਜਿਸ ਨੇ yellow ਜੀ ਟੀ-ਸ਼ਰਟ ਪਾਈ ਹੈ ਸੱਜੀ ਹੱਥ ਖੜਾ ਹੈ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਕਿ ਤੁਸੀਂ ਬੱਚੇ ਨੂੰ ਰੋਡ ਦੇ ਉੱਪਰ ਦੇਖਦੇ ਹੋ ਜਾਂ ਕਿਸੇ ਪੈਡਿਸਟਰੀ ਨੂੰ ਦੇਖਦੇ ਹੋ ਤਾਂ ਤੁਸੀਂ ਕੀ ਕਿੱਦਾਂ ਮਤਲਬ ਬੀਹੇਵ ਕਰੋਗੇ ਜਾਂ ਤੁਹਾਨੂੰ ਕੀ ਕਿੱਦਾਂ ਮਤਲਬ ਦੇਖਣਾ ਚਾਹੀਦਾ ਉਹ ਸਿਚੁਏਸ਼ਨ ਨੂੰ ਆਪਸ਼ਨ A ਹੈ ਜੀ ਯੂ ਮਸਟ ਮੋਡਰੇਟ ਸਪੀਡ ਐਂਡ ਇਵਨ ਸਟਾਪ ਦਾ ਵਹੀਕਲ B ਹੈ ਜੀ ਯੂ ਮੇ ਡਰਾਈਵ ਨਾਰਮਲੀ ਐਜ਼ ਦਾ ਚਾਈਲਡ ਹੈਜ਼ ਨਾਟ ਸਟੈਪਡ ਓਨ ਦਾ ਰੋਡ C ਹੈਗਾ ਜੀ ਯੂ ਮਸਟ ਇਨਕਰੀਸ ਸਪੀਡ ਐਂਡ ਲੀਵ ਦਾ ਚਾਈਲਡ ਬਿਹਾਈਂਡ ਐਜ਼ ਸੂਨ ਐਜ਼ ਪੋਸੀਬਲ ਤੇ ਇਹਦਾ ਆਪਸ਼ਨ ਹੈ ਜੀ ਆਪਣਾ ਇਹਦਾ ਆਨਸਰ ਹੈ ਜੀ ਸੌਰੀ A ਯੂ ਮਸਟ ਮੋਡਰੇਟ ਸਪੀਡ ਐਂਡ ਇਵਨ ਸਟਾਪ ਦਾ ਵਹੀਕਲ ਤਾਨੂੰ ਟਰਾਈ ਕਰਨਾ ਚਾਹੀਦਾ ਕਿ ਸਪੀਡ ਥੋੜੀ ਘਟਾ ਲਓ ਜਿੰਨੀ ਤੁਸੀਂ ਸਪੀਡ ਤੇ ਜਾ ਰਹੇ ਹੋ ਔਰ ਰੋਕ ਹੀ ਲਓ ਜੇ ਬੱਚਾ ਇੱਕ ਅੱਧਾ ਪੈਰ ਹੋਰ ਅੱਗੇ ਪਾਟਦਾ ਕਿਉਂਕਿ ਅਗਰ ਉਹ ਮਤਲਬ ਰੋਡ ਨੂੰ ਕਰਾਸ ਕਰਨਾ ਹੀ ਚਾਹੁੰਦਾ ਤਾਂ ਤੁਸੀਂ ਸਟਾਪ ਹੀ ਕਰ ਲਓ ਨੈਕਸਟ ਕੁਐਸਚਨ ਹੈ ਜੀ ਔਨ ਮੋਟਰਵੇਜ਼ ਐਂਡ ਡਿਊਲ ਕੈਜੇਸ ਵੇ ਵਿਚ ਵਹੀਕਲਸ ਆਰ ਅਲਾਉਡ ਟੂ ਗੋ ਓਵਰ ਦਾ ਲੀਗਲ ਮੈਕਸਿਮਮ ਸਪੀਡ ਟੂ ਓਵਰਟੇਕ ਕਿ ਮੋਟਰਵੇਜ਼ ਤੇ ਡਿਊਲ ਕੈਜੇਸ ਵੇ ਜਿਹੜੇ ਆਪਣੇ ਮਤਲਬ ਹਾਈਵੇਜ਼ ਹੈਗੇ ਆ ਤੇ ਉਹਨਾਂ ਦੇ ਉੱਪਰ ਕਿਹੜੇ ਵਹੀਕਲਸ ਹੈ ਜਿੰਨਾ ਜਿਹੜੇ ਕਿ ਮੈਕਸਿਮਮ ਸਪੀਡ ਜਿਹੜੀ ਹੈਗੀ ਆ ਉਸ ਤੋਂ ਉੱਪਰ ਜਾ ਕੇ ਓਵਰਟੇਕ ਕਰ ਸਕਦੇ ਆ ਇਹ ਹੈ ਜੀ ਕਾਰਜ਼ ਐਂਡ ਮੋਟਰਸਾਈਕਲ ਓਨਲੀ ਵੀ ਹੈਗਾ ਜੀ ਨੋ ਵਹੀਕਲਸ ਇਜ਼ ਅਲਾਉਡ ਟੂ ਗੋ ਓਵਰ ਦਾ ਲੀਗਲ ਮੈਕਸਿਮਮ ਸਪੀਡ ਤੇ ਥਰਡ ਵਨ ਸੀ ਹੈਗਾ ਜੀ ਬਾਈਸਾਈਕਲ ਓਨਲੀ ਤੇ ਦਾ ਆਨਸਰ ਹੈ ਜੀ ਨੋ ਵਹੀਕਲਸ ਇਜ਼ ਨਾਟ ਅਲਾਉਡ no vehicles is allowed to go over the legal maximum speed next one hai ji 15 ਨੰਬਰ ਕੁਐਸਚਨ ਡਰਾਈਵਿੰਗ ਇਨ ਅ ਰੈਕਲੈਸ ਮੈਨਰ ਕਿ ਤੁਸੀਂ ਇੱਕ ਰੈਕਲੈਸ ਮਤਲਬ ਬੜੇ ਹੀ ਕਹਿ ਲੋਗੇ ਫਾਸਟ ਤਰੀਕੇ ਨਾਲ ਗੱਡੀ ਚਲਾ ਰਹੇ ਹੋ ਉਸ ਤਰੀਕੇ ਨਾਲ ਤੇ ਉਹਦੇ ਵਿੱਚ ਆਪਸ਼ਨ ਹੈ ਜੀ ਨੰਬਰ ਏ ਦੇ ਵਿੱਚ ਇਜ਼ ਆਲਵੇਜ਼ ਰੀਕਮੈਂਡਡ ਇਨ ਐਮਰਜੈਂਸੀ ਸਿਚੁਏਸ਼ਨ ਕਿ ਤੁਸੀਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਇਦਾਂ ਗੱਡੀ ਚਲਾ ਸਕਦੇ ਹੋ ਬੀ ਆਪਸ਼ਨ ਹੈ ਜੀ ਇਜ਼ ਅ ਵੈਰੀ ਸੀਰੀਅਸ ਆਫੈਂਸ ਵਿਚ ਲੀਡਸ ਟੂ ਪੁਆਇੰਟ ਲਾਸ ਸੀ ਹੈ ਜੀ ਇਜ਼ ਐਨ ਐਕਸਟ੍ਰੀਮਲੀ ਸੀਰੀਅਸ ਆਫੈਂਸ ਆਲਥੋ ਨਾਟ ਲੀਡਿੰਗ ਦਾ 2 ਪੁਆਇੰਟ ਲਾਸਸ ਤੇ ਦਾ ਅਨਸਰ ਹੈ ਜੀ ਬੀ ਡਰਾਈਵਿੰਗ ਇਨ ਅ ਰੈਕਲਸ ਮੈਨਰ ਇਜ਼ ਅ ਵੈਰੀ ਸੀਰੀਅਸ ਆਫੈਂਸ ਵਿਚ ਲੀਡਸ ਟੂ ਪੁਆਇੰਟ ਲਾਸ ਕਿ ਤੁਹਾਡੇ ਪੁਆਇੰਟ ਵੀ ਕੱਟੇ ਜਾ ਸਕਦੇ ਆ ਲਾਇਸੈਂਸ ਦੇ ਤੇ ਉਸ ਤੋਂ ਬਾਅਦ ਇਹਨੂੰ ਇੱਕ ਬਹੁਤ ਹੀ ਮਤਲਬ ਸੀਰੀਅਸ ਜਿਹੜਾ ਕਹਿ ਸਕਦੇ ਆ ਕਿ ਆਪਾਂ ਤਰੀਕਾ ਮੰਨਿਆ ਗਿਆ ਇਸ ਤਰ੍ਹਾਂ ਦੀ ਡਰਾਈਵਿੰਗ ਨੂੰ ਠੀਕ ਹੈ ਜੀ